ਮੇਰਾ ਨਾਂ ਰঞ্জੀਤ ਸਿੰਘ ਪਿੰਡ ਪੁੱਚੋ ਖੁਰਦ ਪਿੰਡ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਜੋ ਕੇਂਦਰ ਸਰਕਾਰ ਨੇ ਸੌਣੀ ਦੀਆਂ ਫਸਲਾਂ ਨੂੰ ਮੁੱਖ ਰੱਖਦੇ ਹੋਏ ਵਾਅਦਾ ਕੀਤਾ ਐਮਐਸਪੀ ਦੇ ਵਿੱਚ ਜੋ ਇਹ ਕਿਸਾਨਾਂ ਨਾਲ ਇੱਕ ਮਜ਼ਾਕ ਕੀਤਾ ਗਿਆ ਕਿਉਂਕਿ ਸਾਨੂੰ ਝੋਨੇ ਦੀ ਫਸਲ ਦਾ ਰੇਟ ਘੱਟੋ-ਘੱਟ 2500 ਰੁਪਿਆ ਤੇ ਮੂੰਗੀ ਦੀ ਮੂੰਗੀ ਦਾ ਰੇਟ ਸਾਨੂੰ ਘੱਟੋ-ਘੱਟ ਵੀ 10000 ਰੁਪਿਆ ਰੇਟ ਚਾਹੀਦਾ ਸੀ ਕਿਉਂਕਿ ਕਿਸਾਨਾਂ ਨੂੰ ਬਾਹਰੋਂ ਲੈਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਤੇ ਇੱਕ ਕਿਸਾਨਾਂ ਦਾ ਆਪ ਦਾ ਜੇ ਉਹਨਾਂ ਨੂੰ ਮੁੱਲ ਪੂਰਾ ਮਿਲੂ ਤੇ ਉਹ ਆਪਦੀ ਫਸਲ ਆਪਦੀ ਇੱਥੇ ਹਰੇਕ ਬੰਦਾ ਕਰ ਸਕਦਾ ਹੈ ਖੇਤੀ ਕਿਉਂਕਿ ਇਹਦੇ ਵਿੱਚ ਡੀਜ਼ਲ ਦਾ ਤੇ ਰੇਹ ਦਾ ਸਪਰੇਅ ਦਾ ਤੇ ਠੇਕੇ ਜਮੀਨ ਦਾ ਠੇਕੇ ਦਾ ਕਿ ਕਿੱਥੇ ਰੇਟ ਗਿਆ ਸਰਕਾਰ ਇਹਨੂੰ ਸਾਰੇ ਖਰਚੇ ਨੂੰ ਧਿਆਨ ਵਿੱਚ ਰੱਖ ਕੇ ਇਹਦਾ ਸਾਨੂੰ ਜੋ ਬਣਦਾ ਹੱਕ ਦਿੱਤਾ ਜਾਵੇ ਤੇ ਜੋ ਇਹਨਾਂ ਨੇ ਸਾਨੂੰ ਇਹ ਐਮਐਚਪੀ ਦੇ ਵਿੱਚ ਵਾਅਦਾ ਕੀਤਾ ਇਹਨੂੰ ਅਸੀਂ ਕਰਤੀ ਕਿਸਾਨ ਦੁਨੀਆ ਨਾਲੋਂ ਰੱਦ ਕੀਤਾ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਕੀਰਤੀ ਕਿਸਾਨ ਜੋ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਕੇਂਦਰ ਸਰਕਾਰ ਨੇ ਸੌਣੀ ਦੀਆਂ ਫਸਲਾਂ ਤੇ ਐਮਐਸਪੀ ਦੇ ਰੇਟ ਦੇ ਵਿੱਚ ਵਾਧਾ ਕੀਤਾ ਇਹ ਵਾਧਾ ਕਿਸਾਨਾਂ ਦੇ ਨਾਲ ਮਜ਼ਾਕ ਆ ਕਿਸਾਨਾਂ ਦੇ ਝਾਕਮਾ ਤੇ ਨੂਨ ਭੁੱਕਣ ਦੇ ਬਰਾਬਰ ਆ ਕਿਉਂਕਿ ਜਿੰਨੇ ਲਾਗਤ ਖਰਚੇ ਆ ਡੀਜ਼ਲ ਦੀਆਂ ਕੀਮਤਾਂ ਖਾਦਾਂ ਦੀਆਂ ਕੀਮਤਾਂ ਜ਼ਮੀਨ ਦਾ ਠੇਕਾ ਇਹਨੂੰ ਸਾਰਿਆਂ ਨੂੰ ਪਾ ਕੇ ਜਿਹੜਾ ਐਮਐਸਪੀ ਦੇ ਵਿੱਚ ਜਿਹੜਾ ਵਾਅਦਾ ਕਰਨਾ ਸੀ ਡਾਕਟਰ ਸਮਾਮੀ ਨਾਦੀਆਂ ਦੇ ਸਪਾਰਸ਼ਾ ਮੁਤਾਬਕ ਜਿਹੜਾ 50% ਜਾਨੀ ਕਿ 2 ਤੇ 1 ਦੇ ਹਿਸਾਬ ਨਾਲ ਉਹ ਚ ਵਾਅਦਾ ਕਰਨਾ ਸੀ ਇਹ ਜਿਹੜਾ ਵਾਅਦਾ ਕੀਤਾ ਕੇਂਦਰ ਸਰਕਾਰ ਨੇ ਇਸ ਨੂੰ ਕੀਤੀ ਕਿਸਾਨ ਜੁਨਨ ਨੂੰ ਮੋਡੋ ਰੱਦ ਕਰਦੀ ਆ ਜਿਹੜੀਆਂ ਧਾਲਾਂ ਸੀ 94% ਬਾਹਰਲੇ ਮੁਲਖ ਚ ਮਗਾਉਣੇ ਆ ਉਹੀ ਮੂੰਗੀ ਦਾ ਰੇਟ ਆ ਜਿਹੜਾ ਪੂਰੇ ਭਾਰਤ ਦੇ ਵਿੱਚ ਕਿਸਾਨ ਨੂੰ 10000 ਪ੍ਰਤੀ ਕਮਾਂਟਲ ਦਿੱਤਾ ਜਾਂਦਾ ਝੋਨੇ ਦਾ ਰੇਟ ਆ ਜਿਹੜਾ 2500 ਨੂੰ ਕੀਤਾ ਜਾਂਦਾ ਜਿੰਨੀਆਂ ਹੋਰ ਜਿਹੜੀਆਂ ਫਸਲਾਂ ਦੇ ਵਿੱਚ ਇਹਨਾਂ ਨੇ ਸੋਣੀਆਂ ਦੀਆਂ ਵਿੱਚ ਵਾਅਦਾ ਕੀਤਾ ਉਹ ਬਹੁਤ ਨਗੂਣਾ ਕਿਸਾਨਾਂ ਨਾਲ ਮਜ਼ਾਕ ਆ ਇਸ ਨੂੰ ਕੀਰਤੀ ਕਿਸਾਨ ਯੂਨੀਅਨ ਨੇ ਮੁੱਢੋਂ ਰੱਦ ਕਰਦੀ ਆ ਤੇ ਕਿਸਾਨਾਂ ਦੇ ਜਾਗਮਾ ਤੇ ਨੂਨ ਭੁੱਕਣ ਦੇ ਬਰਾਬਰ ਇਹਨੂੰ ਅਸੀਂ ਕਹਿੰਨੇ ਆ